ਬੇਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ। ਬਾਬਾ ਨਜ਼ਮੀ ਦੀਆਂ ਇਹਨਾਂ ਸਤਰਾਂ ਨੂੰ ਪੂਰਾ ਕਰ ਵਿਖਾਇਆ ਹੈ ਲੁਧਿਆਣਾ ਦੇ ਨਨਕਾਣਾ ਸਾਹਿਬ ਸਕੂਲ ਵਿੱਚ ਪੜ੍ਹਨ ਵਾਲੇ ਇਹਨਾਂ ਵਿਦਿਆਰਥੀਆਂ ਨੇ। CBSE ਵੱਲੋਂ 10ਵੀਂ ਜਮਾਤ ਦੇ ਐਲਾਨੇ ਨਤੀਜੇ ਦੇ ਵਿੱਚ ਇਸ ਸਕੂਲ ਦੇ 2 ਵਿਦਿਆਰਥੀਆਂ ਨੂੰ ਮੈਰਿਟ ਵਿੱਚ ਸਥਾਨ ਮਿਲਿਆ ਹੈ। ਜਾਣਕਾਰੀ ਮੁਤਾਬਕ ਸੁਮਿਤ ਕੁਮਾਰ, ਜਿਸ ਨੇ ਸਖ਼ਤ ਮਿਹਨਤ ਕਰਕੇ 95% ਨੰਬਰ ਲਏ ਨੇ, ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ, ਪਰ ਇਸ ਬੱਚੇ ਨੇ ਸਖ਼ਤ ਮਿਹਨਤ ਕਰਕੇ ਹੋਰਾਂ ਨੂੰ ਵੀ ਸੇਧ ਦਿੱਤੀ ਹੈ ਅਤੇ ਦੱਸ ਦਿੱਤਾ ਹੈ ਕਿ ਭਾਵੇਂ ਲੱਖ ਗਰੀਬੀ ਹੋਵੇ ਪਰ ਮਿਹਨਤ ਕਰਨ ਵਾਲੇ ਮੰਜ਼ਿਲ ਹਾਸਲ ਕਰ ਹੀ ਲੈਂਦੇ ਨੇ। ये तो सब बच्चे के मेहनत का नतीजा है। बाकी और हमारे स्कूल के प्रिंसिपल साहब जो हैं, उनका काफ़ी योगदान है। हम लोगों को बच्चे को बहुत अच्छा हेल्प करते हैं सर। जैसे आप बड़ी मुश्किल से पढ़ाई करवा रहे हो, क्या काम करते हो, कैसे आपको इतनी मेहनत के बाद में बच्चों की उम्मीदें हैं, आप क्या कहना चाहते हो सर? मेरा तो छोटा सा बिजनेस है, यही सब्जी का, और जिस हिसाब से हम लोगों का आमदनी है उस हिसाब से तो हम लोग कभी सोच नहीं सकते हैं, लेकिन फिर भी बच्चे के मेहनत और लगन को देखते हुए हम लोगों ने ये फैसला किया है कि जैसे भी होगा उनको आगे तक पढ़ाएंगे।